ਤੇ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਵਿਚਾਰ ਵਟਾਂਦਰਾ ਕਰ ਰਹੇ ਹਾਂ। ਦਿੱਲੀ ਦੇ ਵਿੱਚ ਸਿੱਖ ਨੌਜਵਾਨ ਚਰਨਜੀਤ ਸਿੰਘ ਨੂੰ ਪੁਲਿਸ ਨੇ ਡਿਟੇਨ ਕੀਤਾ ਹੈ। ਜ਼ੁਲਮ ਸਿਰਫ ਇਹ ਜ਼ੁਲਮ ਕਹੀਏ ਜਾਂ ਫਿਰ ਉਹਨਾਂ ਨੇ ਇੱਕ ਇਸ ਗੱਲ ਨੂੰ ਕਹੀਏ ਕਿ ਧੱਕਾ ਕਹੀਏ, ਕਿਉਂਕਿ ਗੱਲ ਇੱਥੇ ਆ ਰਹੀ ਹੈ ਕਿ ਉਹਨਾਂ ਨੂੰ ਇਸ ਕਰਕੇ ਗ੍ਰਿਫਤਾਰ ਕੀਤਾ ਗਿਆ ਜਾਂ ਫਿਰ ਇਸ ਕਰਕੇ ਉਹਨਾਂ ਨੂੰ ਡਿਟੇਨ ਕੀਤਾ ਗਿਆ ਕਿ ਉਹਨਾਂ ਨੇ ਸੰਤ ਜਰਨੈਲ ਭਿੰਡਰਾਂਵਾਲੇ ਖਾਲਸਾ ਜੀ ਦੀ ਫੋਟੋ ਆਪਣੇ ਆਟੋ ਦੇ ਪਿੱਛੇ ਲਾਈ ਹੋਈ ਹੈ। ਕੀ ਹੈ ਹੁਣ ਭਾਰਤ ਦੇ ਵਿੱਚ ਕ੍ਰਾਈਮ ਹੋ ਗਿਆ, ਇਸ ਨੂੰ ਲੈ ਕੇ ਵਿਚਾਰ ਵਟਾਂਦਰਾ ਕਰ ਰਹੇ ਹਾਂ। SHO ਨੂੰ ਫੋਨ ਕਰ ਰਹੇ ਹਾਂ ਲੇਕਿਨ SHO ਫੋਨ ਨਹੀਂ ਚੱਕ ਰਹੇ। ਹੁਣ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇਸ ਮੁਤਲਕ ਤੁਸੀਂ ਸਾਡੇ ਨਾਲ ਕੀ ਕੁਛ ਕਰਨਾ ਚਾਹੁੰਦੇ ਹੋ, ਆਪਣੇ ਵਿਚਾਰ ਸਾਂਝੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਜਸਪਾਲ ਸਿੰਘ ਬੋਲਦਾ ਲੰਡਨ ਤੋਂ। ਜੀ ਜਸਪਾਲ ਸਿੰਘ ਜੀ, ਕੀ ਕਹਿਣਾ ਚਾਹੋਗੇ? ਹਾਂਜੀ, ਅੱਛਾ, ਇਹ ਵਿੱਚ ਹੈ ਕਿ ਜਿਹੜਾ ਆਫਿਸਰ ਹੈਗਾ ਨਾ, ਮਿਲਟਰੀ ਆਫਿਸਰ ਹੈਗਾ ਜਿਹੜਾ ਰਿਟਾਇਰ ਹੋਇਆ ਹੈ, ਜਿਹਨੇ ਕੰਪਲੇਂਟ ਕੀਤੀ ਆ ਜੀ, ਤੇ ਉਹ ਉਹਨੂੰ ਮੈਂ ਸੋਚਾਂਗਾ ਕਿ ਹੀ ਮਸਟ ਬੀ ਬਲਾਈਂਡ ਔਰ ਜਾਂ ਉਹਨੂੰ ਪਹਿਰਾ ਹੈਗਾ ਸੁਣਦਾ ਨਹੀਂ। ਨਹੀਂ, ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਪੁਲਿਸ ਨੂੰ ਨਹੀਂ ਪਤਾ ਕੀ ਪੁਲਿਸ ਆਫਿਸਰ ਨੂੰ ਨਹੀਂ ਪਤਾ। ਅਗਰ ਜਿਹਨੇ ਕੰਪਲੇਂਟ ਕੀਤੀ ਹੈ ਉਹ ਮੇ ਬੀ ਹੋ ਸਕਦਾ ਬਲਾਈਂਡ ਹੋਏ, ਲੇਕਿਨ ਇਹ ਪੁਲਿਸ ਆਫਿਸਰ ਨੂੰ ਨਹੀਂ ਪਤਾ, ਉੱਥੇ ਦੇ ਸਿਆਸਤਦਾਨਾਂ ਨੂੰ ਨਹੀਂ ਪਤਾ। ਨਹੀਂ, ਮੈਂ ਕਹਿਣਾ ਚਾਹੁੰਦਾ ਕਿ ਕਸ਼ਮੀਰ ਦੇ ਵਿੱਚ ਕੀ ਹੋ ਰਿਹਾ ਜੀ, ਉੱਥੇ ਮੁਸਲਮਾਨ ਜਿਹੜੇ ਲੋਕ ਉਹ ਪਾਕਿਸਤਾਨ ਦਾ ਨਾਰਾ ਲਾ ਰਹੇ ਹੈਗੇ, ਸਭ ਕੁਛ ਉਹ ਪੱਥਰ ਆਰਮੀ ਤੇ ਸੁੱਟ ਰਹੇ ਆ। ਇੱਥੇ ਦੀ ਜਿਹੜੀ ਗੌਰਮੈਂਟ ਹੈ ਇਹਨਾਂ ਨੂੰ ਕਹਿਣਾ ਚਾਹੀਦਾ, ਜੇ ਦਿੱਲੀ ਗੌਰਮੈਂਟ ਨੂੰ ਉੱਥੇ ਜਾ ਕੇ ਉਹਨਾਂ ਨੂੰ ਅਰੈਸਟ ਕਰੋ ਜੀ। ਸਮਝਿਆ? ਉਹ ਉਹਨਾਂ ਵਿੱਚ ਕੋਈ ਕੀ ਇੰਨੀ ਤਾਕਤ ਹੈਗੀ ਆ? ਅੱਛਾ, ਫਿਰ ਜਿਹੜਾ ਹੈਗਾ ਕਿ ਨਹੀਂ ਆਪਣਾ ਮੋਦੀ, ਮੈਂ ਖੁਦ ਆਪ ਜਦੋਂ ਰਾਮ ਰਹੀਮ ਨੂੰ ਉਹਨਾਂ ਨੇ ਉਹਦੇ ਤੇ ਐਕਸ਼ਨ ਲਿਆ, ਉਹਨੂੰ ਅਰੈਸਟ ਕੀਤਾ, ਉਸ ਤੋਂ 5 ਦਿਨ ਪਹਿਲਾਂ ਇਸ ਨੇ ਤਾਰੀਫ ਕੀਤੀ ਆਪਣੀ ਸਪੀਚ ਦੇ ਵਿੱਚ ਜੀ, ਰਾਮ ਰਹੀਮ ਦੀ, ਇੰਨਾ ਵੱਡਾ ਕਲਪ੍ਰੇਟ ਹੈਗਾ। ਔਰ ਉਹ ਹਰਿਆਣੇ ਦੇ ਮਿਨਿਸਟਰ ਨੇ ਉਹਨੂੰ 50 ਲੱਖ ਰੁਪਇਆ ਦਿੱਤਾ, ਉਹ ਤੇ ਕੋਈ ਐਕਸ਼ਨ ਲਿਆ? ਉਹ ਹੀ ਵਾਸ ਨਾਟ ਏ ਕਲਪ੍ਰੇਟ? ਨਹੀਂ, ਮੈਂ ਹੁਣ ਇਸ ਬਿਲਕੁਲ ਅਸੀਂ ਉਸ ਬਾਰੇ ਵੀ ਵਿਚਾਰ ਕਰਾਂਗੇ, ਲੇਕਿਨ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਤੁਹਾਨੂੰ ਕੀ ਲੱਗਦਾ ਕਿ ਹੁਣ ਇੱਕ ਫੋਟੋ ਲਾਉਣ ਨਾਲ ਇੱਕ ਕ੍ਰਾਈਮ ਹੈ ਸਾਬਿਤ ਕਰਨਾ ਚਾਹੁੰਦੇ ਨੇ ਕਿ ਤੁਸੀਂ ਫੋਟੋ ਨਹੀਂ ਲਗਾ ਸਕਦੇ ਸੰਤ ਜਰਨੈਲ ਭਿੰਡਰਾ? ਨਹੀਂ, ਕ੍ਰਾਈਮ ਨੇ ਆਈ ਥਿੰਕ ਕ੍ਰਾਈਮ ਤਾਂ ਨਹੀਂ ਹੈਗਾ ਬਿਲਕੁਲ, ਪਰ ਉਹਨਾਂ ਨੂੰ ਮੈਨੂੰ ਲੱਗਦਾ ਕਿ ਜਿਹੜੀ ਸਿੱਖ ਕੌਮ ਤੋਂ ਡਰ ਲੱਗਦਾ। ਹਾਂ ਹਾਂ, ਹੈ ਜੀ ਜੀ, ਉਹਨਾਂ ਤੋਂ ਡਰ ਲੱਗਦਾ, ਇਸ ਵਾਸਤੇ ਇਹ ਕੋਈ ਨਾ ਬਹਾਨਾ ਬਣਾ ਕੇ ਜੀ ਦੇ ਟਰਾਈ ਟੂ ਇੰਟੀਮੀਡੇਟ ਪੀਪਲ। ਜੀ 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 ਜੀ, ਬਿਲਕੁਲ ਉਹੀ ਗੱਲ ਕਿਤੇ ਨਾ ਕਿਤੇ ਸਾਹਮਣੇ ਆ ਰਹੀ ਹੈ ਜਸਪਾਲ ਜੀ। ਮੈਨੂੰ ਲੱਗਦਾ ਕਿ ਹੁਣ ਇੰਟਰਮੀਡੇਟ ਕਰ ਰਹੇ ਨੇ ਸੰਤ ਜਰਨੈਲ ਭਿੰਡਰਾਂਵਾਲੇ ਖਾਲਸਾ ਜੀ ਦੀ ਫੋਟੋ ਤੋਂ ਬਾਅਦ, ਹੁਣ ਇਹਨਾਂ ਨੂੰ ਕੀ ਪ੍ਰੋਬਲਮ ਹੋ ਗਈ ਹੈ ਮੈਨੂੰ ਸਮਝ ਨਹੀਂ ਆਇਆ, ਲੇਕਿਨ ਕੋਸ਼ਿਸ਼ ਕਰ ਰਹੀ ਹੈ, ਉੱਥੇ ਵੀ DSG MC ਉੱਥੇ ਜਿਹੜੇ ਮੌਜੂਦ ਨੁਮਾਇੰਦੇ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਅਫਸਰਾਂ ਤੋਂ ਵੀ ਇਹ ਸਵਾਲ ਉਹ ਪੁੱਛ ਰਹੇ ਨੇ। ਫਿਲਹਾਲ ਚਰਨਜੀਤ ਸਿੰਘ ਜੋ ਸਾਨੂੰ ਤਾਜ਼ਾ ਅਪਡੇਟ ਮਿਲੀ ਹੈ, ਹੀ ਇਜ਼ ਰਿਲੀਜ਼ਡ, ਉਹਨਾਂ ਨੂੰ ਛੱਡ ਦਿੱਤਾ ਗਿਆ ਉਹਨਾਂ ਦਾ ਬਿਆਨ ਲਿਖਵਾ ਕੇ, ਔਰ ਉਹਨਾਂ ਨੂੰ ਸਵੇਰੇ ਮੁੜ ਵਾਪਸ ਬੁਲਾਇਆ ਪੁਲਿਸ ਸਟੇਸ਼ਨ ਦੇ ਵਿੱਚ। ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਭਾਈ ਮੈਂ ਰਜਿੰਦਰ ਸਿੰਘ ਬੋਲ ਰਿਹਾ ਜੀ, UK ਤੋਂ। ਤੇ ਇਹ ਜਿਹੜੇ ਆਪਣੇ ਸਰਸੇ, ਇਹ ਜਿਵੇਂ ਬੰਦਾ ਹੁਣ ਆਪਣਾ ਇੱਥੋਂ ਫੜਿਆ ਪਿੰਡਾਂ ਲਈ ਫੋਟੋ ਪਿੱਛੇ ਜੀ, ਤੇ ਇਹ ਸਰਸੇ ਹੁਣੀ ਕੀ ਕਰਦੇ ਉੱਥੇ? GK ਜਿਹੜਾ ਐਡੇ ਪ੍ਰਧਾਨ ਬਣੇ, ਫਿਰ ਤੇ ਗੱਲਾਂ ਮਾਰਦੇ ਆ, ਇਹਨੇ 6 ਵਜੇ ਦਾ ਬੰਦਾ ਫੜਿਆ ਰਾਤ ਦੇ 2:30-3 ਵਜੇ ਆ ਸ਼ਾਮ ਨਾ। ਜੀ 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 ਜੀ, ਤੇ ਇਹ ਕੀ ਗੱਲ, ਸ਼ਰਾਬ ਨਹੀਂ ਸਕਦੇ ਕਿ ਬੰਦੇ ਨੂੰ ਇਹਨੀ ਇਹਨਾਂ ਦੀ ਚੱਲਦੀ? ਜੀ 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 ਜੀ, ਹੁਣ ਤਾਜ਼ਾ ਅਪਡੇਟ ਆਈ ਹੈ ਜੀ ਕਿ ਉਹਨਾਂ ਨੂੰ ਛੱਡ ਦਿੱਤਾ ਗਿਆ, ਚਰਨਜੀਤ ਸਿੰਘ ਹੋਰਾਂ ਨੂੰ ਸਵੇਰੇ 10 ਵਜੇ ਦੁਬਾਰਾ ਪੁਲਿਸ ਥਾਣੇ ਬੁਲਾਇਆ ਉਹਨਾਂ ਨੂੰ ਸਰੋਜਨੀ ਨਗਰ ਦੇ ਵਿੱਚ ਦੁਬਾਰਾ ਉਹਨਾਂ ਨੂੰ। ਮੋਦੀ ਦੇਖੋ, ਪਿੱਛੇ ਇੱਕ ਹਰਿਆਣੇ ਚ ਇੱਕ ਰੋਲਾ ਪਿਆ ਸੀਗਾ ਵੀ ਮੁਸਲਮਾਨ ਨਮਾਜ਼ ਪੜ੍ਹਦੇ ਆ ਜੀ 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 ਖੁੱਲੀ ਜਗ੍ਹਾ ਤੇ ਜੀ, ਤੇ ਉਹ ਹਿੰਦੂਆਂ ਨੇ ਛੜਿਆ, ਉਹਨਾਂ ਨੂੰ ਕੁੱਟਿਆ, ਹਨਾ ਸਭ ਕੁਝ ਕੀਤਾ, ਕੀ ਬਣਿਆ? ਜੀ ਜੀ, ਮੈਂ ਉਹਨਾਂ ਦੇ ਹਿੰਦੂ ਪਾਰਟੀਆਂ ਦੇ ਜਾ ਕੇ ਧਰਨਾ ਦੇ ਕੇ ਛੜਾਲੇ ਬੰਦੇ, ਸਾਰਾ ਕੁਝ ਹੋ ਗਿਆ ਕਿ ਨਹੀਂ? ਜੀ ਜੀ, ਤੇ ਉਹਨਾਂ ਨੂੰ ਉੱਥੋਂ ਕਿੰਨਾ ਨਮਾਜ਼ ਪੜ੍ਹਨੀ ਵੀ ਬੰਦ ਕਰਾਈ ਗਈ ਸਰਕਾਰ ਵੱਲੋਂ। ਜੀ ਜੀ, ਤੇ ਇਹ ਕੀ ਗੱਲ, ਸਾਡੇ ਸਰਦਾਰ ਨਹੀਂ ਇਕੱਠੇ ਹੋ ਗਏ ਉੱਥੇ ਦਿੱਲੀ 'ਚ ਬਜ਼ਾਰਾ ਕਰ ਸਕਦੇ ਵੀ ਬੰਦੇ ਕਿਉਂ ਫੜੇ ਤੁਸੀਂ? ਜੀ 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 ਜੀ, ਪਿੰਡਾਂ ਵਾਲੀ ਫੋਟੋ ਇਹਨਾਂ ਨੂੰ ਕੀ ਡਰ ਲੱਗਦਾ? BJP ਦਾ ਮੰਤਰੀ ਇੱਕ ਕਹਿੰਦਾ ਵੀ ਇਹ ਇਹਦੇ ਟੈਰਿਸ ਦਾ ਕੋਈ ਹੈ ਨੀਗਾ ਕੇਸ ਪਿੰਡਾਂ ਵਾਲੇ ਦੇ ਜੀ, ਹੈ ਨਾ, ਤੇ ਫਿਰ ਇਹ ਕਿਉਂ ਏਦਾਂ ਕਰਦੇ? ਕਰੈਕਟ, ਆਪਣੇ ਆਪਣੇ UK ਜਾ ਕੇ ਜਦੋਂ ਪਿੱਛੇ GK ਸਾਹਿਬ ਆਏ ਸੀ ਇੱਥੇ ਸਟੇਸ਼ਨ ਵਾਲੇ ਗੁਰਦੁਆਰੇ ਐਲਕੋਰ ਰੋਡ ਜੀ, ਤੇ ਉਦੋਂ ਵੀ ਆਪਣੇ ਗੁਰਦੁਆਰਿਆਂ ਨੇ ਸਨਮਾਨਿਤ ਕਰਦੇ ਇਹਨਾਂ ਨੂੰ, ਕਦੀ ਕਿਸੇ ਗੱਲ ਦਾ ਸਨਮਾਨਿਤ ਕਰ, ਸਾਨੂੰ ਨਹੀਂ ਸਮਝ ਆਉਂਦੀ ਕਦੇ ਖੜੇ ਨਹੀਂ ਸਕਦੇ ਬੰਦਿਆਂ ਦੇ ਨਾਲ, ਦੇ ਇਹਨਾਂ ਨੂੰ ਕਿਉਂ ਸਨਮਾਨਿਤ ਕਰਦੇ ਲੋਕ? ਜੀ 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 ਜੀ,
ਨਹੀਂ 6 ਵਜੇ ਦਾ ਬੰਦਾ ਫੜਿਆ ਤੁਸੀਂ, ਜੀ ਬਿਲਕੁਲ ਕੋਸ਼ਿਸ਼ ਕਰਨੀ ਚਾਹੀਦੀ ਹੈ, ਉੱਥੇ ਪਹੁੰਚਣਾ ਚਾਹੀਦਾ ਐਗਜ਼ੀਕਿਟਿਵ ਮੈਂਬਰਸ ਨੂੰ ਵੀ, ਹੋਰ ਵੀ ਮੇਰੇ ਨਾਲ ਕਾਲ ਜੁੜ ਰਹੇ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਤੁਹਾਡੇ ਇੱਥੇ ਬੋਲਦਾ, ਇਕਵੈਂਟੀ ਤੋਂ ਬੋਲ ਰਿਹਾ ਜੀ। ਕੀ ਕਹਿਣਾ ਚਾਹੋਗੇ? ਅਸੀਂ ਤਾਂ ਕਹਿੰਦੇ ਬਈ ਚਲੋ ਮਾੜੀ ਗੱਲ ਹੈ ਬਹੁਤ, ਇੱਦਾਂ ਨਹੀਂ ਚਾਹੀਦਾ, ਹਰ ਇੱਕ ਨੂੰ ਆਜ਼ਾਦੀ ਹੈਗੀ ਆ ਜੀ, ਤੇ ਇਸ ਕਰਕੇ ਬਈ ਮਾੜੀ ਗੱਲ ਆ। ਪਰ ਤੁਸੀਂ ਇੱਕ ਇਹ ਤਾਂ ਠੀਕ ਹੈ, ਬਹੁਤ ਮਾੜੀ ਗੱਲ ਆ, ਚਾਹੀਦਾ ਨਹੀਂ ਗਾ, ਹਰ ਇੱਕ ਨੂੰ ਆਜ਼ਾਦੀ ਹੈਗੀ ਆ, ਤੇ ਫੋਟੋ ਹੋ ਗਈ ਕੁਛ, ਫੋਟੋ ਤਾਂ ਕੁਛ ਵੀ ਨਹੀਂ ਗੀ, ਹੋਰ ਵੀ ਕਈ ਕੁਛ ਆਪਾਂ ਕਰ ਸਕਦੇ ਹਾਂ ਨਾ ਜੀ ਜੀ, ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜਦ ਕਰਦੇ ਆ ਗੱਲ, ਕਹਿੰਦੇ ਤੁਸੀਂ ਕੌਣ ਬੋਲਦੇ ਆ, ਨਾ ਸਰ ਤੁਸੀਂ ਕਹਿੰਦੇ ਕਿੱਥੋਂ ਬੋਲਦੇ, ਇੱਦਾਂ ਨਹੀਂ ਕਹਿਣਾ ਚਾਹੀਦਾ, ਤੁਸੀਂ ਕੌਣ ਬੋਲਦੇ ਕਿੱਥੋਂ ਬੋਲਦੇ ਇੰਨਾ ਕਿਹਾ ਕਰੋ, ਬਾਕੀ ਠੀਕ ਆ ਜੀ ਜੀ। ਹਾਂਜੀ ਜੀ ਜੀ ਜੀ, ਓਕੇ, ਥੈਂਕ ਯੂ ਵੈਰੀ ਮੱਚ, ਧੰਨਵਾਦ ਜੀ ਬਹੁਤ ਬਹੁਤ। ਸਾਡੀ ਸਾਡਾ ਫਰਜ਼ ਬਣਦਾ ਤੁਹਾਨੂੰ ਪੁੱਛਣਾ ਕਿ ਤੁਸੀਂ ਕੌਣ ਔਰ ਕਿੱਥੋਂ ਬੋਲ ਰਹੇ ਹੋ, ਔਰ ਅੱਛਾ ਲੱਗਦਾ ਕਿ ਜੋ ਤੁਸੀਂ ਦੱਸਦੇ ਹੋ ਕਿ ਮੇਰਾ ਨਾਂ ਇਹ ਹੈਗਾ, ਮੈਂ ਇੱਥੋਂ ਬੋਲ ਰਿਹਾ, ਤਾਂ ਕਿ ਸਾਨੂੰ ਵੀ ਪਤਾ ਚੱਲੇ ਕਿ ਤੁਸੀਂ ਕਿੱਥੋਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ, ਇਸ ਲਈ ਮੈਂ ਕਰਕੇ ਪੁੱਛਣਾ। ਹੈਲੋ ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ, ਮੈਂ ਸੁਰਿੰਦਰ ਬੋਲ ਰਿਹਾ ਗ੍ਰੀਨਫੁੱਟ ਤੋਂ ਜੀ। ਜੀ ਸੁਰਿੰਦਰ ਜੀ, ਕੀ ਕਹਿਣਾ ਚਾਹੋਗੇ? ਇਹ ਜੋ ਫੋਟੋ ਫੋਟੋ ਜਿਹੜੀ ਲਾਉਣੀ ਆ, ਕੋਈ ਮਾੜੀ ਸੀ ਨਹੀਂ ਜੀ, ਫੋਟੋ ਉਹ ਲਾਵੇ ਜਿਹੜੀ ਟ੍ਰਬਲ ਨਾ ਕਰੇ ਦੁਨੀਆ ਤੇ ਜੀ ਜੀ। ਜੋ ਗੁਰਦੁਆਰੇ ਫੋਟੋ ਲਾਈ ਆ ਨਾ ਕਈ, ਉੱਥੇ ਗੁਰੂ ਨਾਨਕ ਦੀ ਫੋਟੋ ਹੋਣੀ ਚਾਹੀਦੀ ਆ, 10 ਮਿੰਟ ਤੱਕ ਬਾਹਰ ਹੋਰ ਕੋਈ ਫੋਟੋ ਨਹੀਂ ਹੋਣੀ ਚਾਹੀਦੀ, ਜੇ ਕੋਈ AK-47 ਲਾ ਕੇ ਉਹਦੀ ਫੋਟੋ ਲਾਉਂਦਾ ਤੁਸੀਂ ਲੜਾਈ ਚਾਹੁੰਦੇ ਹੈਗੇ ਆ, ਅਸੀਂ ਪੀਸਫੁਲ ਬੰਦੇ ਆ। ਉਹਦੇ 'ਚ ਮੈਂ ਤੁਹਾਨੂੰ ਦੱਸਦਾ AK-47 ਦੀ ਫੋਟੋ ਨਹੀਂ ਲੱਗੀ ਹੋਈ, ਉਹਨਾਂ ਨੇ ਤੀਰ ਫੜਿਆ ਹੋਇਆ ਹੱਥ ਦੇ ਵਿੱਚ। ਹੈਲੋ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ? ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਪੋਗਲ ਜੀ। ਹਾਂਜੀ ਹਾਂਜੀ ਹਾਂਜੀ, ਆਪਣੇ ਆਲੂਵਾਲਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੋਗਲ ਜੀ ਠੀਕ ਹੋ? ਚੜ੍ਹਦੀ ਕਲਾ ਦੁਆਵਾਂ ਨੇ ਤੁਹਾਡੀਆਂ, ਕੇਸ ਤੁਹਾਡਾ ਸੁਣਿਆ, ਤੁਹਾਡੀ ਖਬਰ ਅਪਡੇਟ, ਤੁਹਾਡੇ ਅਪਡੇਟ ਦੇਣ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੇ ਮੁੱਦੇ ਚੁੱਕੇ ਸਾਡੇ ਸਾਹਮਣੇ ਰੱਖਦੇ ਹੋ ਜੀ ਜੀ ਜੀ। ਤੇ ਮੈਂ ਤੇ ਇਹ ਕਹਿਣਾ ਚਾਹਾਂਗਾ, ਦੋ ਚਾਰ ਗੱਲਾਂ ਕਹਿਣੀਆਂ ਨੇ ਜੀ। ਮੈਂ ਆਪਣੇ ਹਰਪ੍ਰੀਤ ਸਿੰਘ ਜੀ, ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਬੰਦਾ ਜਾਂ ਜਿਹੜੀ ਕੌਮ ਲੈ ਲਓ ਜਾਂ ਭਾਈਚਾਰਾ ਲੈ ਲਓ ਜਾਂ ਸਮਾਜ ਲੈ ਲਓ, ਜਿਹੜਾ ਇੱਕ ਫੋਟੋ ਤੋਂ ਡਰ ਜਾਂਦਾ ਤੇ ਉਹ ਉਹ ਮਾਨਸਿਕ ਤੌਰ ਤੇ ਕਿੰਨਾ ਡਰਪੋਕ ਹੋਏਗਾ, ਮਾਨਸਿਕ ਤੌਰ ਤੇ ਕਿੰਨਾ ਕਮਜ਼ੋਰ ਹੋਏਗਾ। ਠੀਕ ਹੈ ਨਾ ਜੀ? ਅਗਰ ਜੇਕਰ ਇਹ ਇੰਨੇ ਮਾਨਸਿਕ ਤੌਰ ਤੇ ਕਮਜ਼ੋਰ ਨਾ ਹੁੰਦੇ, ਡਰਪੋਕ ਨਾ ਹੁੰਦੇ, 2000 ਸਾਲ ਇਹ ਗੁਲਾਮ ਨਾ ਰਹਿੰਦੇ, ਜੇ ਕੁਝ ਕਰਨ ਜੋਗੇ ਹੁੰਦੇ ਤਾਂ ਗੁਲਾਮ ਨਾ ਰਹਿੰਦੇ। ਤੇ ਹੁਣ ਹੋਇਆ ਇਹ ਆ ਕਿ ਹੁਣ ਜਿੱਦਾਂ ਜਿਵੇਂ ਇੱਕ ਪੰਜਾਬੀ ਜੇ ਅਖਾਣ ਵਾ ਭਾਈ ਭਾਈ ਅੰਨੇ ਦੇ ਪੈਰ ਥੱਲੇ, ਅੰਨੇ ਦੇ ਪੈਰ ਹੇਠਾਂ ਬਟੇਰਾ ਆ ਗਿਆ ਤੇ ਉਹ ਕਹਿੰਦਾ ਮੈਂ ਸ਼ਿਕਾਰ ਖੇਡਿਆ। ਇਹਨਾਂ ਨੂੰ ਹੁਣ ਸੱਤਾ ਮਿਲ ਗਈ, ਇਹਨਾਂ ਕੋਲ ਸੱਤਾ ਸਾਂਭੀ ਨਹੀਂ ਜਾਂਦੀ, ਔਰ ਜਿਸ ਕੌਮ ਨੇ ਸੱਤਾ ਦੇ ਵਿੱਚ ਸਭ ਤੋਂ ਜ਼ਿਆਦਾ ਕੁਰਬਾਨੀ ਕੀਤੀ ਆ, ਅੱਜ ਉਹਨਾਂ ਦਾ ਇਹ ਹਾਲ ਕਰ ਰਹੇ ਨੇ। ਦੇਖੋ ਨਾ, ਪਹਿਲੇ ਤਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ 'ਤੇ ਕੇਸ ਕੋਈ ਨਹੀਂ, FIR ਕੋਈ ਨਹੀਂ, ਪਹਿਲੀ ਤਾਂ ਗੱਲ ਇਹ ਆ। ਔਰ ਦੂਸਰੀ ਗੱਲ ਇਹ, ਜੇ ਫੋਟੋ ਉੱਥੇ ਉਹਨੇ ਲਾਈ ਵੀ ਆ ਤੇ ਇਹ ਸਾਡੇ ਸੰਵਿਧਾਨ ਦੇ ਵਿੱਚ ਕਿੱਥੇ ਲਿਖਿਆ ਕਿ ਇਹ ਗੁਨਾਹ ਆ, ਹੈ ਨਾ ਜੀ? ਅੱਛਾ ਦੱਸੋ, ਅੱਛਾ ਜੇ ਸੰਤ ਜਰਨੈਲ ਸਿੰਘ ਦੀ ਜਗ੍ਹਾ ਜੇ ਇਹ ਆਪਣੇ ਨਹਿਰੂ ਦੀ ਫੋਟੋ ਲਾਉਂਦੇ ਜਾਂ ਗਾਂਧੀ ਦੀ ਲਾਉਂਦੇ ਜਾਂ ਵੱਲਭ ਭਾਈ ਪਟੇਲ ਦੀ ਲਾਉਂਦੇ ਤਾਂ ਫਿਰ ਵੀ ਇੱਦਾਂ ਕਰਦੇ? ਕਰੈਕਟ 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 ਕਰੈਕਟ, ਹੈ ਕਿ ਨਹੀਂ? ਤੇ ਇਹ ਜਾਨੀ ਇਹ ਕਿੰਨੀ ਗੱਲ ਦਾ ਜੀ, ਇਹ ਜਿਹੜਾ ਸਾਰਾ ਕੁਝ ਇਹ ਸਾਜਿਸ਼ ਅਧੀਨ ਹੋ ਰਿਹਾ, ਇਹ ਕਹਿਣਾ ਇਸ ਤਰ੍ਹਾਂ ਕਹਿਣਾ ਚਾਹੁੰਦੇ ਨੇ ਵੀ ਜਿੰਨੀਆਂ ਮਾਈਨੋਰਟੀਜ਼ ਹੈ ਨਾ, ਇਹ ਹੁਣ ਤਾਂ ਸਾਰੇ ਇੰਡੀਆ ਨੂੰ, ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਇਸ ਗੱਲ ਦਾ ਵੀ ਉੱਥੇ ਕੋਈ ਡੈਮੋਕ੍ਰੇਸੀ ਵਾਲੀ ਕੋਈ ਗੱਲ ਨਹੀਂ, ਲੋਕਤੰਤਰ ਵਾਲੀ ਕੋਈ ਗੱਲ ਨਹੀਂ, ਉੱਥੇ ਤਾਂ ਇਹ ਹਿੰਦੂ ਰਾਸ਼ਟਰ ਦੀ ਗੱਲ ਹੋ ਰਹੀ ਆ ਹੁਣ, ਇਹ ਤਾਂ ਹੁਣ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ, ਇਹ ਤਾਂ ਖੁੱਲ੍ਹੀ ਕਿਤਾਬ ਵਾ ਹੁਣ। ਤੇ ਇਹ ਤਾਂ ਜਿਹੜੇ ਮੇਰੇ ਮੇਰੇ ਵੀਰ ਪੁੱਛਦੇ ਨੇ ਵੀ ਕਿਉਂ ਇੱਦਾਂ ਕਰਦੇ ਨੇ, ਉਹ ਇਸ ਕਰਕੇ ਕਰਦੇ ਨੇ ਵੀ ਜਿਹੜੇ ਮਾਈਨੋਰਟੀਜ਼ ਨੇ ਉੱਥੇ ਘੱਟ ਗਿਣਤੀਆਂ ਨੇ, ਉਹਨਾਂ ਨੂੰ ਇਹ ਕਹਿੰਦੇ ਤੁਸੀਂ ਹਿੰਦੂ ਬਣ ਕੇ ਰਹੋ ਫਿਰ ਠੀਕ ਆ, ਫਿਰ ਕੁਝ ਨਹੀਂ ਹੋਏਗਾ। ਬਿਲਕੁਲ ਬਿਲਕੁਲ, ਬਹੁਤ ਬਹੁਤ ਧੰਨਵਾਦ ਪੋਗਲ ਜੀ, ਹੋਰ ਵੀ ਮੇਰੇ ਨਾਲ ਕਾਲਰ ਜੁੜ ਰਹੇ ਨੇ, ਜਾਣਨ ਦੀ ਕੋਸ਼ਿਸ਼ ਕਰਦੇ ਆ, ਉਹ ਇਸ ਮਤਲਬ ਜੀ ਬਿਲਕੁਲ ਜੀ, ਲਓ 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 ਜੀ ਜੀ, ਪੋਗਲ ਜੀ ਬਹੁਤ ਬਹੁਤ ਧੰਨਵਾਦ। ਹੈਲੋ ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਸਤਿ ਸ਼੍ਰੀ ਅਕਾਲ ਜੀ। ਛੱਡ ਦਿੱਤਾ ਹੈਗਾ, ਅੱਛੀ ਗੱਲ ਆ, ਪਰ ਫਿਰ ਵੀ ਆਪਾਂ ਨੂੰ ਪੈਰਵਾਈ ਕਰਨੀ ਚਾਹੀਦੀ ਆ ਕਿ ਉਹਨੂੰ ਉਹਨਾਂ ਕੋਲ ਵੀ ਧੱਕਾ ਜਿਹੜਾ ਵੀ ਉਹਨੂੰ ਦੁੱਖ ਪਹੁੰਚਾ ਕਿਉਂ ਪਹੁੰਚਾ, ਹਨਾ। ਤੇ ਇੱਕ ਹੋਰ ਚੀਜ਼ ਮੈਂ ਕਹੂੰਗਾ ਕਿ ਮੇਰੇ ਖਿਆਲ ਚ ਆ ਕਿ
ਦਿੱਲੀ ਦੇ ਵਿੱਚ ਨਾ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਆ ਜੀ ਜੀ, ਸੋ ਇਹ ਜਿਹੜੀ ਪੁਲਿਸ ਹੁੰਦੀ ਆ ਉਹ ਸਟੇਟ ਗਵਰਨਮੈਂਟ ਦੇ ਥੱਲੇ ਹੁੰਦੀ ਆ, ਕਰੈਕਟ, ਆਪਣੇ ਕਾਫੀ ਲੋਕਾਂ ਦੇ ਲਿੰਕ ਹੈਗੇ ਆ ਆਮ ਆਦਮੀ ਪਾਰਟੀ ਦੇ ਲੀਡਰ ਨਾਲ, ਜਿਹੜੀ ਪੁਲਿਸ ਆ ਜੀ, ਜਿਹੜੀ ਇਹ ਵਾਲੀ ਪੁਲਿਸ ਆ ਜੀ, ਇਹ ਸੈਂਟਰਲ ਗਵਰਨਮੈਂਟ ਦੇ ਅਧੀਨ ਆ ਜੀ। ਠੀਕ ਆ, ਪਰ ਫਿਰ ਵੀ ਕਿਉਂਕਿ ਸਟੇਟ ਗਵਰਨਮੈਂਟ ਤਾਂ ਆਮ ਆਦਮੀ ਪਾਰਟੀ ਸ਼ੋਰਲੀ ਉਹ ਕੁਛ ਕਰ ਸਕਦੇ ਆ, ਆਪਣੇ ਉਹਨਾਂ ਦੇ ਕਾਫੀ ਲੋਕਾਂ ਦੇ ਲਿੰਕ ਆ, ਭਗਵੰਤ ਮਾਨ ਜੀ ਸ਼ਾਇਦ ਸੁਣਦੇ ਉਹਨਾਂ ਇਨਵੈਂਟ ਚ ਆ, ਸੋ ਉਹਨਾਂ ਦਾ ਵੀ ਆਪਾਂ ਜੇ ਕੋਈ ਜਾਣਦਾ ਜਾਂ ਉਹ ਸੁਣਦੇ ਆ ਤਾਂ ਇਸ ਚੀਜ਼ ਦੀ ਪੈਦਾ ਹੀ ਕਰ ਸਕਦੇ ਆ ਵੀ ਕਿਉਂ ਫੜਿਆ ਗਿਆ। ਜੀ 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 ਜੀ, ਆਪਣੇ ਆਪ ਨੂੰ ਆ ਕੇ ਮੀਡੀਆ ਦੇ ਅੱਗੇ ਖੜਾ ਕਰਦੀਆਂ ਹਨ, ਤੇ ਅਸੀਂ ਚਾਹੁੰਦੇ ਹਾਂ ਕਿ ਉਹ ਜਮਾਤਾਂ ਯਾਨੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੀਆਂ ਹੋਰ ਸੰਸਥਾਵਾਂ ਕਹਿੰਦੀਆਂ ਕਿ ਅਸੀਂ ਪਹਿਰਾ ਦੇ ਰਹੇ ਹਾਂ, ਮੈਨੂੰ ਲੱਗਦਾ ਉਹਨਾਂ ਨੂੰ ਲੋੜ ਹੈ ਇਸ ਟਾਈਮ ਫਰੰਟ ਦੇ ਵਿੱਚ ਆਉਣ ਦੀ। ਉਹਨਾਂ ਨੇ ਵੀ ਕੀਤਾ, ਲੇਕਿਨ ਜਿਹੜੀ ਪੁਲਿਸ ਆ ਨਾ ਉਹ ਫਿਰ ਵੀ ਉਹਨਾਂ ਦੇ ਉੱਪਰ ਜਿਹੜੇ ਅਫਸਰ ਆ ਉਹਨਾਂ ਦੇ ਤੇ ਮਿਨਿਸਟਰ ਆ ਉਹ ਜਵਾਬ ਦੇ ਆ ਕਿ ਕਿਉਂ ਕਿਸੇ ਨੂੰ ਨਾ ਕਵੜਿਆ ਗਿਆ ਬਈ। ਠੀਕ ਹੈ ਨਾ, ਉਹਨਾਂ ਬੰਦਿਆਂ ਨੂੰ ਆਪਾਂ ਨੂੰ ਅਪਰੋਚ ਕਰਨਾ ਚਾਹੀਦਾ, ਕੁਛ ਲੋਕੀ ਉਹਨਾਂ ਦੇ ਕਾਫੀ ਲਿੰਕ ਵੀ ਹੈਗੇ ਬਾਹਰਲੇ ਦੇਸ਼ਾਂ ਚ, ਸੋ ਆਪਾਂ ਨੂੰ ਜਿਹੜੇ ਜਿਹੜਾ ਵੀ ਸੁਣਦਾ ਉਹ ਉਹਨਾਂ ਨੂੰ ਆਪਣੇ ਲੀਡਰਾਂ ਨੂੰ ਅਪਰੋਚ ਕਰੋ, ਕੇਜਰੀਵਾਲ ਸਾਹਿਬ ਨੂੰ ਕਿ ਤੁਸੀਂ ਸਾਡੇ ਤੇ ਇੰਨੇ ਕੁਛ ਕਹਿਣ ਦੇ ਵਾਅਦੇ ਕੀਤੇ ਸੀ, ਹੁਣ ਤੁਸੀਂ ਆਹ ਦੱਸੋ ਕੀ ਹੋਇਆ ਤੁਹਾਡੇ ਰਾਜ ਵਿੱਚ ਵਿਆਹ ਹੈ। ਠੀਕ ਹੈ ਨਾ, ਤੋ ਇੰਨਾ ਕਹਿਣਾ ਚਾਹੁੰਦਾ, ਚਲੋ ਫਿਰ ਵੀ ਅੱਛੀ ਗੱਲ ਹੈ, ਚਲ ਆਪਣਾ ਬੰਦਾ ਉਹਨਾਂ ਨੂੰ ਵੀ ਸਾਹਮਣੇ ਆਉਣਾ ਚਾਹੀਦਾ ਜੀ, ਐਜ਼ ਐਨ ਸੀਐਮ ਚੀਫ ਮਿਨਿਸਟਰ ਆਫ ਦਿੱਲੀ, ਉਹਨਾਂ ਨੂੰ ਵੀ ਸਾਹਮਣੇ ਆਉਣਾ ਚਾਹੀਦਾ, ਬਿਲਕੁਲ ਆਉਣਾ ਚਾਹੀਦਾ, ਸਾਰਿਆਂ ਨੂੰ ਆਉਣਾ ਚਾਹੀਦਾ, ਜਿਹੜੇ ਪੁਲਿਸ ਹੋਮ ਮਿਨਿਸਟਰ ਹੋ ਸਕਦੀ। ਚੰਗਾ ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ। ਅਤੇ ਅਸੀਂ ਲਗਾਤਾਰ ਵਿਚਾਰ ਵਟਾਂਦਰਾ ਆਪਣਾ ਜਾਰੀ ਰੱਖਿਆ ਹੋਇਆ, ਮੈਂ ਵੇਖ ਪਾ ਰਿਹਾ ਤੁਸੀਂ ਮੈਨੂੰ ਕਾਲ ਕਰ ਰਹੇ ਹੋ, ਜੇਕਰ ਤੁਸੀਂ ਵੀ ਮੈਨੂੰ ਕਾਲ ਕਰਨਾ ਚਾਹੁੰਦੇ ਹੋ ਤਾਂ ਹੇਠ ਲਿਖੇ ਨੰਬਰ ਦੇ ਉੱਤੇ ਸਿੱਧੀ ਮੈਨੂੰ ਕਾਲ ਕਰ ਸਕਦੇ ਹੋ ਔਰ ਮੇਰੇ ਨਾਲ ਕਰ ਸਕਦੇ ਹੋ, ਤੁਸੀਂ ਸਟ੍ਰੇਟ ਟਾਕ ਯਾਨੀ ਕਿ ਸਿੱਧੀ ਗੱਲਬਾਤ ਮੇਰੇ ਨਾਲ ਕਰ ਸਕਦੇ ਹੋ। ਫਿਲਹਾਲ ਮੈਂ ਇੱਕ ਨਿੱਕੇ ਜਿਹੇ ਵਕਫੇ ਰੁਕ ਰਿਹਾ, ਵਕਫੇ ਤੋਂ ਬਾਅਦ ਸਾਡੀ ਇਹ ਖਾਸ ਪੇਸ਼ਕਸ਼ ਬਦਸਤੂਰ ਜਾਰੀ ਹੈ।